ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਅੱਜ ਦੇ ਵਲੌਗ ਦੀ ਸ਼ੁਰੂਆਤ ਅਸੀਂ ਸਿੱਧੇ ਜੈਪਨੀਜ਼ ਗਾਰਡਨ ਤੋਂ ਕਰ ਰਹੇ ਹਾਂ। ਰਾਸਤੇ ਜਾਂਦੇ ਜਾਂਦੇ ਬਣਾ ਨਹੀਂ ਸਕੇ ਤਾਂ ਅੱਜ ਅਸੀਂ ਐਕਸਪਲੋਰ ਕਰਨ ਆਏ ਸੀਗੇ ਜੈਪਨੀਜ਼ ਗਾਰਡਨ। ਅਤੇ ਮੇਰੀ ਸਿਸਟਰ ਦਾ ਪੇਪਰ ਵੀ ਸੀਗਾ, ਉਹ ਵੀ ਅਸੀਂ ਦਵਾਉਣ ਉਹਨਾਂ ਨੂੰ ਛੱਡਤਾ ਅਤੇ ਜੈਪਨੀਜ਼ ਗਾਰਡਨ ਆਏ ਸੀਗੇ। ਜ਼ਿਆਦਾ ਕੁਛ ਖਾਸ ਨਹੀਂ ਹੈ, ਇਹ ਬਿਲਡਿੰਗ ਦੇਖ ਲਓ, ਮੈਨੂੰ ਤਾਂ ਇਹ ਬਿਲਡਿੰਗ ਹੀ ਸਭ ਤੋਂ ਵਧੀਆ ਲੱਗੀ। ਜੈਪਨੀਜ਼ ਗਾਰਡਨ 'ਚ ਕੁਛ ਨਹੀਂ ਹੈ ਦੇਖਣ ਨੂੰ, ਸਿਰਫ ਇੱਕ ਇਹ ਬਿਲਡਿੰਗ ਹੈ, ਚੈੱਕ ਕਰ ਲਓ। ਅਤੇ ਇੱਕ ਇਹ ਬਿਲਡਿੰਗ ਕਰਕੇ ਜੈਪਨੀਜ਼ ਗਾਰਡਨ ਬਣਾ ਤੋਰੀ ਦਾ ਨਾਮ ਰੱਖਿਆ ਜੈਪਨੀਜ਼ ਗਾਰਡਨ। ਇਹ ਇੱਥੇ ਇੰਡੀਆ ਦਾ ਹੀ ਹੈ ਸਾਰਾ ਕੁਛ, ਦੇਖ ਲਓ ਅੱਗੇ ਅੱਗੇ। ਬਸ ਇਹ ਇੱਥੇ ਗਾਰਡਨ ਜੇ ਬਣਾਏ ਵੀ, ਪਾਰਕ ਜੇ, ਬਸ ਕੁਛ ਨਹੀਂ ਇੱਥੇ। ਪਤਾ ਨਹੀਂ ਹੈ ਵਾਈਟ ਜੀ ਇਮਾਰਤ ਕਿਆ ਬਣਾਈ ਹੋਈ ਉਹਨਾਂ ਨੇ। ਇਹ ਆ ਮਿੱਤਰੋ ਇਹਦੀ ਐਗਜ਼ਿਟ, ਐਗਜ਼ਿਟ ਵੀ ਬੜੀ ਸੋਹਣੀ ਬਣਾਈ ਵੀ। ਚਲੋ ਹੋਰ ਕਿਆ ਕਿਆ ਇਸ 'ਚ, ਪੜ੍ਹ ਸਕਦੇ ਤੁਸੀਂ। ਤੋ ਯੇ ਬਾਤ ਮੀ ਹਮੇ ਆਕਸਫੋਰਡ ਸੇ ਟ੍ਰੀਟ ਲੈ ਆਏ। ਅਬ ਹਮਨੇ ਜੈਪਨੀਜ਼ ਗਾਰਡਨ ਕੇ ਬਾਅਦ ਆਕਸਫੋਰਡ ਸੇ ਟ੍ਰੀਟ ਦੇਖਣੀ ਹੈ। ਪਹਿਲੇ ਹਮ ਬਫਟ ਵੀ ਗਏ ਥੇ, ਬਫਟ ਮੇ ਇਤਨਾ ਮਜ਼ਾ ਨਹੀਂ ਆਇਆ। ਯੇ ਬੋਲਤੇ ਆਕਸਫੋਰਡ ਸੇ ਟ੍ਰੀਟ ਜਾ ਕੇ ਹਮਨੇ ਵੋ ਖਾਣਾ ਹੈ, ਕਿਆ ਬੋਲਤੇ ਉਸਕੋ, ਬਰਗਰ ਕਿੰਗ ਜਾਣਾ ਹੈ। ਬਰਗਰ ਕਿੰਗ ਮੇ ਜਾ ਕੇ ਦੇਖ ਲੇਤੇ ਹਮ ਯੇ ਕਿਆ ਕੁੱਤ ਜਣ ਲੇਤੇ ਹੈ। ਠੀਕ ਹੈ ਜੀ, ਮਿਲਦੇ ਹੈ ਬਫੇ ਨਹੀਂ, ਬਰਗਰ ਕਿੰਗ ਜਾ ਕੇ ਮਿਲਦੇ ਹੈ। ਆਹ ਦੇਖ ਲਓ, ਤੋ ਗਾਈਸ ਹਮ ਆ ਚੁੱਕੇ ਹਾਂ ਆਕਸਫੋਰਡ ਸਟ੍ਰੀਟ। ਤੋ ਗਾਈਜ਼, ਸਟਰੀਟ ਚ ਅਸੀਂ ਆ ਗਏ ਜੀ ਬਰਗਰ ਕਿੰਗ 'ਚ। ਆ ਚੱਕੋ, ਚੈੱਕ ਕਰੋ ਜਿਹੜਾ ਬਰਗਰ ਕਿੰਗ, ਇਹਨੂੰ ਸ਼ਾਹੀ ਪੌੜੀਆਂ ਹੈ ਜੀ, ਖਾਸੀਆਂ ਮਹਿੰਗੀਆਂ ਲਾਈਆਂ ਲੱਗਦੀਆਂ ਮੈਨੂੰ ਮਾਰਬਲ ਮੂਰਬਲ ਨਾਲ। ਵੀਰੋ, ਸਾਰਾ ਦਿਨ ਧੱਕੇ ਖਾਣ ਤੋਂ ਬਾਅਦ ਆਪਾਂ ਪੰਜੋਰ ਪੁੱਜੇ ਸੀਗੇ, ਪੰਜੋਰ ਲੱਗ ਗਿਆ ਜੀ ਫਟਕ। ਬਦਕਿਸਮਤੀ, ਹੁਣ ਬਹੁਤ ਸਾਰੇ ਟਾਈਮ ਉਰੇ ਵੀ ਖਰਾਬ ਹੋਣਾ, ਕਿਆ ਕਰੀਏ, ਗਾਣੇ ਸੁਣਨੇ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਬਚਿਆ ਵਾ। ਟ੍ਰੇਨ ਦੇਖ ਲਓ ਗਾਈਸ, ਜਿਸਨੇ ਨਹੀਂ ਦੇਖੀ, ਪਹੀਆ ਖਾਨਾ ਵੀ ਦੇਖ ਲਓ ਨਾਲ, ਅੱਗੇ ਪਿੱਛੇ ਸਭ ਕਹੀਂ ਦੇਖ ਲਓ। ਤੋ ਗਾਈਸ ਠੀਕ ਹੈ, ਅਬ ਹਮ ਨਿਕਲ ਅਸੀਂ ਹੁਣ ਨਿਕਲਣ ਲੱਗੇ। ਇਹ ਮਾਰ ਲਿਆ ਜੀ ਅਸੀਂ ਗੱਡੀ ਨੂੰ ਸੈਲਫ, ਗਾਣਾ ਭੜਕਾਓ ਤਾਂ ਵਧੀਆ ਜੇ ਕੋਈ,
गाने सुनते जावे। देखो हूँ की बनता अगे अगे लो बाबे का ना वो चक दे वीर फाटक नहीं चकदा कहना मैं नहीं चकना चक दे यार चक दे वीर हैं चकदा यार गलबात एंड